ਜਵਾਈ ਨੇ ਸੱਸ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ। ਤਹਿਸੀਲ ਅਜਨਾਲਾ ਅਧੀਨ ਆਉਂਦੇ ਪੁਲਿਸ ਥਾਣਾ ਰਾਜਾ ਸੰਸੀ ਦੀ ਪੁਲਿਸ ਵੱਲੋਂ 9 ਮਹੀਨੇ ਪਹਿਲਾਂ ਗੁੰਮ ਹੋਏ ਪਿੰਡ ਰੜਾਲਾ ਵਾਸੀ ਇੱਕ ਵਿਅਕਤੀ ਦੀ ਖੇਤਾਂ ਵਿੱਚੋਂ ਦੱਬੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਰਾਜਾਸਾਂਸੀ ਦੇ SHO ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਕਤਲ ਕੀਤੇ ਵਿਅਕਤੀ ਦਾ ਕਤਲ ਜਵਾਈ ਅਤੇ ਸੱਸ ਵੱਲੋਂ ਮਿਲ ਕੇ ਕੀਤਾ ਗਿਆ, ਕਿਉਂਕਿ ਧਰਮਵੀਰ ਸਿੰਘ ਜੋ ਕਿ ਬਲਜਿੰਦਰ ਸਿੰਘ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ ਦੇ ਆਪਣੀ ਸੱਸ ਨਾਲ ਨਾਜਾਇਜ਼ ਸੰਬੰਧ ਸਨ। ਆਪਣੇ ਸੰਬੰਧਾਂ ਵਿੱਚ ਬਲਵਿੰਦਰ ਸਿੰਘ ਨੂੰ ਰੋੜਾ ਸਮਝਦਿਆਂ ਉਨ੍ਹਾਂ ਨੇ ਉਸ ਨੂੰ ਮਾਰ ਕੇ ਲਾਸ਼ ਨਾਲ ਲੱਗਦੇ ਪਿੰਡ ਵਿੱਚ ਦੱਬ ਦਿੱਤੀ। ਦੋਸ਼ੀਆਂ ਵੱਲੋਂ ਗੁਨਾਹ ਕਬੂਲ ਕਰ ਲੈਣ ਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਤਹਿਸੀਲਦਾਰ ਅਜਨਾਲਾ ਮਨਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮਿੱਟੀ ਵਿੱਚ ਦੱਬੀ ਲਾਸ਼ ਨੂੰ ਬਰਾਮਦ ਕਰਕੇ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਧਰਮਵੀਰ ਜਿਹੜਾ ਕੁਮਾਸਕੇ ਪਿੰਡ ਦਾ ਰਹਿਣ ਵਾਲਾ ਤੇ 2 ਸਾਲ ਤੋਂ ਪਹਿਲਾਂ ਇਹ ਆਪਣੇ ਇੱਥੇ ਸਹੁਰੇ ਪਰਿਵਾਰ ਜਾਣ ਕੇ ਰਹਿ ਰਿਹਾ ਸੀ ਤੇ ਡੈਥ ਹੋਈ ਹੈ ਜਿਹਦੀ ਮ੍ਰਿਤਕ ਹੈ ਇਹਦੇ ਪਰਿਵਾਰ 'ਚ ਕੌਣ ਕੌਣ ਨੇ ਜੀ? ਮ੍ਰਿਤਕ ਦੇ ਪਰਿਵਾਰ ਦੇ 4 ਬੇਟੇ ਨੇ ਤੇ 1 ਬੇਟੀ ਆ। ਇਹੀ ਬੇਟੀ ਜਿਹੜੀ ਆ ਧਰਮਵੀਰ ਦੇ ਨਾਲ ਬਹੀ ਹੋਈ ਸੀ, ਉਹ ਵੀ ਇੱਥੇ ਰਹਿ ਰਹੀ ਆ, ਪਰ ਘਟਨਾ ਵੇਲੇ ਇਹ ਉੱਥੇ ਘਰ ਮੌਜੂਦ ਨਹੀਂ ਸੀ। ਸੂਰਤਾ ਸਿੰਘ ਨੇ ਪਿੰਡ ਰੜਾਲੇ ਦਾ ਰਹਿਣ ਵਾਲਾ, ਉਹਨੇ ਬਹੁਤ ਵਾਰ ਵਿਅਕਤੀਆਂ ਨੂੰ ਨਾਲ ਲਿਆ ਕੇ ਸਾਨੂੰ ਇਤਲਾਹ ਦਿੱਤੀ ਸੀ ਕਿ ਮੇਰਾ ਲੜਕਾ ਬਲਵਿੰਦਰ ਸਿੰਘ ਜਿਹੜਾ ਉਹ 8-9 ਮਹੀਨੇ ਤੋਂ ਲਾਪਤਾ ਆ ਅਤੇ ਮੈਨੂੰ ਖਦਸ਼ਾ ਆ ਕਿ ਮੇਰੇ ਜਵਾਈ ਨੇ ਅਤੇ ਮੇਰੀ ਜਿਹੜੀ ਨਹੁੰ ਆ ਉਹਨਾਂ ਨੇ ਮਿਲ ਕੇ ਉਹਨੂੰ ਕਿਤੇ ਪਾਰ ਲਾ ਦਿੱਤਾ, ਕਿਉਂਕਿ ਇਹਨਾਂ ਦੇ ਨਜਾਇਜ਼ ਤੌਰ 'ਤੇ ਸੰਬੰਧ ਸੀ ਅਤੇ ਮੈਂ ਆਪਣੇ ਜਵਾਈ ਨੂੰ ਇੱਥੋਂ ਜਾਣ ਲਈ ਕਹਿੰਦਾ ਸੀ ਅਤੇ ਮੈਨੂੰ ਵੀ ਧਮਕੀਆਂ ਦਿੰਦੇ ਸੀ ਵਾਰ ਵਾਰ ਰੋਕਣ ਦੇ ਬਾਵਜੂਦ, ਅਤੇ ਹੁਣ ਮੈਨੂੰ ਪੂਰਾ ਯਕੀਨ ਆ, ਸ਼ੱਕ ਨਹੀਂ ਪੂਰਾ ਯਕੀਨ ਆ ਕਿ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਂਵਸ਼ਾਂ ਉਹਦੀ ਡੈਡ ਬੋਡੀ ਨੂੰ ਗਾਂਵਸ਼ਾਂ ਕਰ ਦਿੱਤਾ। ਜੋ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਦੀ ਪੁੱਛਗਿੱਛ ਤੋਂ ਫਰਦਿੰਗ ਸਾਫ਼ ਜੋ ਉਹਨਾਂ ਕੀਤਾ ਉਹਨਾਂ ਨੂੰ ਨਾਲ ਕਰਕੇ ਤਹਿਸੀਲਦਾਰ ਸਾਹਿਬ, ਡਾਕਟਰ ਸਾਹਿਬ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਉਹਨਾਂ ਦੀ ਨਿਸ਼ਾਨਦੇਹੀ ਅਤੇ ਡੈੱਡ ਬੋਡੀ ਜਿਹੜੀ ਆ ਬਲਵਿੰਦਰ ਸਿੰਘ ਮ੍ਰਿਤਕ ਦੀ ਉਹ ਰਿਕਵਰ ਕੀਤੀ।